ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਨੰਬਰ 6ਵਾਂ ਤ੍ਰਿਪੁਜਾ ਉਸਦਾ ਅਭਿਆਸ ਨੰਬਰ 6.1 ਤੇ ਉਸਦੇ ਅਸੀਂ ਚਾਰ ਸਵਾਲ 1 3 4 ਤੇ 5 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਤੇ ਪੈਨ ਲਾ ਕੇ ਸਾਰੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਦੇਖੋ ਤੇ ਸਮਝੋ ਤੇ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਬੱਚਿਓ ਦੱਸਦਾ ਇਸੇ ਚੈਨਲ ਦੇ ਉੱਤੇ 7th ਇੰਗਲਿਸ਼ ਨਾਮ ਦੀ ਇੱਕ ਪਲੇਲਿਸਟ ਹੈ ਜਿਹਦੇ ਵਿੱਚ ਸਟੱਡੀ ਰੀਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਸੋ ਤੁਸੀਂ ਅੰਗਰੇਜ਼ੀ ਦੀ ਲੋੜਾਂ ਦੀ ਇਸੇ ਚੈਨਲ ਤੋਂ ਪੂਰੀਆਂ ਕਰ ਸਕਦੇ ਹੋ ਸੋ ਪਹਿਲਾ ਸਵਾਲ ਹੈ ਬੱਚਿਓ ਇੱਕ ਤ੍ਰਿਭੁਜ ABC ਵਿੱਚ ਇਹ ਤ੍ਰਿਭੁਜ ਦਿੱਤਾ ਹੋਇਆ ਹੈ ਤਸਵੀਰ ਵਿੱਚ ਇੱਕ ABC ਤ੍ਰਿਭੁਜ ਹੈ ਇਹਦੇ ਵਿੱਚ ਬਿੰਦੂ P ਬਿੰਦੂ P ਜਿਹੜਾ ਹੈ ਇਹ ਪੁਜਾ BC ਦਾ ਮੱਧ ਬਿੰਦੂ ਹੈ ਪੁਜਾ BC ਦਾ ਮੱਧ ਬਿੰਦੂ ਹੈ ਮਿਡ ਪੁਆਇੰਟ ਹੈ ਠੀਕ ਹੈ ਤਾਂ ਫਿਰ ਇੱਥੇ ਪੰਜ ਸਵਾਲ ਨੇ ਖਾਲੀ ਥਾਂ ਭਰਨੇ ਨੇ ਜਾਂ ਕੁਝ ਸਹੀ ਗਲਤ ਕਥਨ ਨੇ ਸੁ ਕਹਿੰਦੇ BP ਦੇ ਬਰਾਬਰ ਹੋਏਗਾ ਦੇਖੋ BP a ਬਰਾਬਰ ਹੋਏਗਾ PC ਦੇ ਕਿਉਂ ਬੱਚਿਓ ਜਿਹੜਾ ਮੱਧ ਬਿੰਦੂ ਹੁੰਦਾ ਨਾ ਕਿਸੇ ਵੀ ਰੇਖਾ ਦਾ ਮੱਧ ਬਿੰਦੂ ਉਹ ਦੋਨੋਂ ਸਿਰਿਆਂ ਤੋਂ ਉਹਦੀ ਦੂਰੀ ਬਰਾਬਰ ਹੁੰਦੀ ਹੈ ਅਰਥਾਤ P ਤੋਂ ਜਿੰਨਾ B ਦੂਰ ਹੋਏਗਾ ਉਨਾ ਹੀ C ਦੂਰ ਹੋਏਗਾ ਅਰਥਾਤ BP PC ਇਹ ਹਮੇਸ਼ਾ ਯਾਦ ਰੱਖਣਾ ਮੱਧ ਬਿੰਦੂ ਤੋਂ ਦੋਨੋਂ ਸਿਰੇ ਜਿਹੜੇ ਨੇ ਰੇਖਾ ਦੇ ਉਹ ਇੱਕੋ ਦੂਰੀ ਤੇ ਹੁੰਦੇ ਨੇ ਅਰਥਾਤ ਮੱਧ ਬਿੰਦੂ ਤੋਂ ਲੈ ਕੇ ਇੱਕ ਸਿਰੇ ਦੀ ਜੋ ਲੰਬਾਈ ਹੈ ਉਹੀ ਮੱਧ ਬਿੰਦੂ ਤੋਂ ਲੈ ਕੇ ਦੂਜੇ ਸਿਰੇ ਦੀ ਹੁੰਦੀ ਹੈ ਠੀਕ ਹੈ ਸੋ ਅਗਲਾ ਇਹ ਬੱਚਿਓ ਏ ਡੀ ਸੀ ਕਿਹਦੇ ਬਰਾਬਰ ਹੋਏਗਾ ਏ ਡੀ ਸੀ ਬੱਚਿਓ 90 ਡਿਗਰੀ ਦੇ ਬਰਾਬਰ ਹੋਏਗਾ 90 ਡਿਗਰੀ ਕੋਣ ਇਹ ਕੋਣ ਹੈ ਏ ਡੀ ਸੀ ਹੁਣ ਬੱਚਿਓ ਜਿਹੜਾ ਇਹ ਚਿੰਨ ਹੈ ਜਿਹੜਾ ਇਹ ਪੁੱਠਾ ਐਲ ਇਹਦਾ ਮਤਲਬ ਹੈ ਇਹ ਜਿਹੜਾ ਏ ਡੀ ਹੈ ਨਾ ਬੀ ਸੀ ਦੇ ਉੱਤੇ ਲੰਭ ਹੈ ਅਰਥਾਤ ਇਹ 90 ਡਿਗਰੀ ਦਾ ਕੋਣ ਬਣਾ ਰਿਹਾ ਹੈ ਤੇ ਬੱਚਿਓ ਜਦੋਂ ਲੰਭ ਹੋਵੇ ਤੇ ਫਿਰ ਚਾਰੋਂ ਕੋਣ ਜਿਹੜੇ ਐ ਮੈਂ ਤੁਹਾਨੂੰ ਨੋਟਸ ਵਿੱਚ ਪਰਿਭਾਸ਼ਾਵਾਂ ਤੇ ਸਿਧਾਂਤ ਵੀ ਸਮਝਾ ਚੁੱਕਾ ਹਨਾ ਤੇ ਜਦੋਂ ਲੰਬ ਰੇਖਾਵਾਂ ਕੱਟਦੀਆਂ ਨੇ ਤੇ ਚਾਰੋਂ ਕੋਣ 90 ਡਿਗਰੀ ਹੋ ਜਾਂਦੇ ਨੇ ਜਿਵੇਂ AD ਨੂੰ ਇਹਦਾ ਵਧਾ ਦਵਾਂ ਨਾ ਇੱਥੇ ਤੇ ਇਹ ਵੀ 90 ਹੋ ਜਾਏਗਾ ਇਹ ਵੀ 90 ਹੋ ਜਾਏਗਾ ਤੇ ਇਹ ਵੀ 90 ਹੋ ਜਾਏਗਾ ਸੋ ਬੱਚਿਓ ਇਹ ਕੋਣ 90 ਡਿਗਰੀ ਹੈ ਇਹ ਸਰਲ ਰੇਖਾ ਹੈਗੀ ਹੈ ਇਹ ਉੱਤੇ ਲੰਬ ਹੈਗਾ ਤੇ ਬੱਚਿਓ ਇਹ ਬਣੇਗਾ ਰੇਖੀ ਜੋੜਾ ਤੇ ਰੇਖੀ ਜੋੜਾ ਕੋਣ ਦੇ ਕਿੰਨੇ ਹੁੰਦੇ ਨੇ ਜੋੜ ਹੁੰਦਾ ਰੇਖੀ ਜੋੜਾ ਦਾ ਜਿਹੜਾ ਸਰਲ ਕੋਣ ਹੈ ਕਿੰਨਾ ਹੁੰਦਾ 180 ਡਿਗਰੀ ਹੁੰਦਾ ਸੋ ਰੇਖੀ ਜੋੜਾ ਵਿੱਚ ਜੇ ਇੱਕ 90 ਵੇ ਤੇ ਦੂਜਾ ਵੀ 90 ਹੋਏਗਾ ਜਾਂ ਇੰਦਾ ਕਹਿ ਲਓ ਜੇ ਇੱਥੇ ਇਹਦਾ ਲੰਬ ਹੈਗਾ ਇੱਥੇ ਸਰਲ ਰੇਖਾ ਹੈਗੀ ਹੈ ਤੇ ਇੱਕ ਪਾਸੇ 90 ਵੇ ਤੇ ਦੂਜੇ ਪਾਸੇ ਵੀ 90 ਹੀ ਹੋਏਗਾ ਸੋ एडीसी ਬਰਾਬਰ 90 ਡਿਗਰੀ ਫਿਰ ਕਹਿੰਦੇ BD ਬਰਾਬਰ BC ਸਹੀ ਜਾਂ ਗਲਤ ਸੋ ਬੱਚਿਓ ਬਿਲਕੁਲ ਗਲਤ ਹੈ ਇਹ ਤੇ ਹੋ ਹੀ ਨਹੀਂ ਸਕਦਾ BD ਤੇ ਇੱਥੇ ਤੱਕ ਹੈਗੀ ਹੈ BD ਇੱਥੇ ਤੱਕ ਹੈ ਤੇ B D ਨੂੰ ਟੱਪ ਕੇ ਅੱਗੇ C ਤੱਕ ਜਾ ਰਹੀ ਹੈ ਮੈਨੂੰ ਲੱਗਦਾ ਸਵਾਲ ਹੀ ਗਲਤ ਬਣਾਇਆ ਇਹਨੂੰ ਇਹ ਪੁੱਛਣਾ ਚਾਹੀਦਾ ਸੀ BD DC ਹੋ ਸਕਦਾ ਹੈ ਨਹੀਂ ਹੋ ਸਕਦਾ ਇਹਦੇ ਵਿੱਚ ਨਹੀਂ ਹੋ ਸਕਦਾ ਕਿਉਂਕਿ ਇਹ ਮੱਧਿਕਾ ਜਿਹੜੀ ਹੈ ਇੱਥੇ P ਜਿਹੜਾ ਮੱਧ ਬਿੰਦੂ ਇੱਥੇ ਹੈਗਾ ਮੱਧ ਬਿੰਦੂ D ਤੇ ਨਹੀਂ ਹੈਗਾ ਸੋ ਮੈਨੂੰ ਲੱਗਦਾ ਹੈ BD BC ਤੇ ਗੱਲ ਹੀ ਕੋਈ ਨਹੀਂ ਬਣਦੀ ਐ ਤੇ ਬੜਾ ਸਪਸ਼ਟ ਹੈਗਾ B ਤੋਂ ਲੈ ਕੇ D ਤੱਕ ਕਿੱਥੇ ਤੇ B ਤੋਂ ਲੈ ਕੇ C ਦਾ ਕਿੱਥੇ ਦਾ ਸਵਾਲ ਚਾਹਿਆ ਹੋਣਾ ਜਿਹਦਾ ਸੀ ਕਿ BD DC ਹੈ ਨਹੀਂ ਇਹ ਵੀ ਗਲਤ ਹੈ ਕਿਉਂਕਿ ਬੱਚਿਓ D ਮੱਧ ਬਿੰਦੂ ਨਹੀਂ ਹੈ D ਮੱਧ ਬਿੰਦੂ ਨਹੀਂ ਹੈ ਮੱਧ ਬਿੰਦੂ ਪੀ ਹੈ ਸੋ ਬੀਪੀ ਬਰਾਬਰ ਪੀਸੀ ਤੇ ਹੈ ਪਰ ਨਾ ਤੇ ਬੀਡੀ ਬਰਾਬਰ ਬੀਸੀ ਹੈਗਾ ਤੇ ਨਾ ਹੀ ਬੀਡੀ ਬਰਾਬਰ ਡੀਸੀ ਹੈਗਾ ਠੀਕ ਹੈ ਫਿਰ ਕਹਿੰਦੇ ਏਡੀ ਤ੍ਰਿਭੁਜ ABC ਦਾ ਕੀ ਹੈ ਸ਼ਿਖਰ ਲੰਭ ਸ਼ਿਖਰ ਲੰਭ ਬਚੇ ਕਿਉਂਕਿ 90° ਦਾ ਕੋਣ ਬਣਾਉਂਦਾ ਹਮੇਸ਼ਾ ਸਵੇਰੇ ਸਪਸ਼ਟ ਹੋ ਗਿਆ ਏਡੀ ਹੈ ਉਹ ਇਸ ਤ੍ਰਿਭੁਜ ਦਾ ਸ਼ਿਖਰ ਲੰਭ ਹੈ ਆਲਟੀਚੂਡ ਹੈ ਤੇ ਏਪੀ ਹੈ ਕਿਉਂਕਿ ਮੱਧ ਬਿੰਦੂ ਹੈ ਸਾਨੂੰ ਪਤਾ ਹੈ ਪਰਿਭਾਸ਼ਾ ਕਿ ਕਿਸੇ ਵੀ ਤ੍ਰਿਪੁਜ ਦੇ ਸ਼ਿਖਰ ਤੋਂ ਸੰਮੁਖ ਭੁਜਾ ਦੇ ਮੱਧ ਬਿੰਦੂ ਨੂੰ ਜੋੜਨ ਵਾਲਾ ਰੇਖਾਖੰਡ ਜਿਹੜਾ ਹੈ ਉਹ ਮੱਧਿਕਾ ਹੁੰਦਾ ਹੈ। ਸੋ ਪੀ ਮੱਧ ਬਿੰਦੂ ਹੈ, ਇਹ ਸ਼ਿਖਰ ਹੈ, ਸੋ ਇਹ ਪੀ ਨੂੰ ਜੋੜ ਕੇ ਸਾਨੂੰ ਕੀ ਮਿਲੇਗਾ ਮੱਧਿਕਾ ਮਿਲੇਗੀ। ਸੋ AP ਤ੍ਰਿਪੁਜ ABC ਦਾ ਮੱਧਿਕਾ ਹੈ। ਠੀਕ ਹੈ ਬੱਚਿਓ ਇਹ ਹੋ ਗਿਆ ਸਾਡਾ ਪਹਿਲਾ ਸਵਾਲ। ਸਵਾਲ ਨੰਬਰ ਦੂਜਾ ਇਹਦੇ ਕੁਝ ਭਾਗ ਨੇ, ਬੜਾ ਹੀ ਸੌਖੇ ਸਵਾਲ ਨੇ ਬੱਚਿਓ। ਇਹਦੇ ਨਾਲ ਜਿਹੜਾ ਇੱਕ ਬੜਾ ਕੀਮਤੀ ਸਿਧਾਂਤ ਹੈ ਤ੍ਰਿਪੁਜਾਂ ਦਾ ਬਾਹਰੀ ਕੋਣ ਦਾ ਬਾਹਰੀ ਕੋਣ ਦਾ ਅੰਦਰੂਨੀ ਸੰਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੋਣਾ ਇਹ ਗੱਲ ਸੀ ਪਰਿਭਾਸ਼ਾਵਾਂ ਤੇ ਸੰਧਾਰਨ ਵਿੱਚ ਸਿੱਖ ਚੁੱਕੇ ਆ ਸੋ ਉਹਨੂੰ ਐਪਲਾਈ ਕਰਦੇ ਪ੍ਰੈਕਟੀਕਲ ਸਵਾਲ ਹੈ ਕਹਿੰਦੇ ਵਾਲੇ ਠੀਕ ਹੈ ਕਹਿੰਦੇ ਦਿੱਤੇ ਚਿੱਤਰਾਂ ਵਿੱਚ x ਦਾ ਮੁੱਲ ਪਤਾ ਕਰੋ x ਦਿੱਤਾ ਹੋਇਆ ਇੱਥੇ ਹੁਣ ਬੱਚਿਓ x ਕੀ ਹੈਗਾ ਬਾਹਰੀ ਕੋਣ ਹੈਗਾ ਤੇ ਇਹਦੇ ਸੰਮੁਖ ਕੋਣ ਕਿਹੜੇ ਹੋਗੇ ਇਹ ਕਾਹ ਹੋ ਗਿਆ ਠੀਕ ਹੈ ਹੋ ਗਿਆ ਤੇ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਵਿੱਚ ਬਾਹਰਲਾ ਕੋਣ ਬਾਹਰਲਾ ਕੋਣ ਉਸਦੇ ਸੰਮੁਖ ਅੰਦਰਲੇ ਕੋਣ ਉਸ ਦੇ ਸਨਮੁਖ ਅੰਦਰਲੇ ਕੋਣ ਕਿਹਾਗੇ ਦੋ ਅਤੇ ਲਾਗਮਾ ਕੋਣ ਹੋਗਾ ਨੇ ਇਹਦੇ ਨਾਲ ਜੁੜਿਆ ਜਿਹੜਾ ਇਹਦੇ ਨਾਲ ਲੱਗਿਆ ਹੋਇਆ ਹੈ ਇਹ ਲਾਗਵਾ ਅੰਦਰੂਨੀ ਕੋਣ ਹੈ ਤੇ ਇਹ ਦੋ ਛੱਡ ਕੇ ਜਿਹੜੇ ਇਹਨੂੰ ਛੱਡ ਕੇ ਦੋ ਬਾਕੀ ਇਹਦੇ ਸਾਹਮਣੇ ਆ ਗਏ ਨੇ ਇਹ ਹੈਗੇ ਨੇ ਸਨਮੁਖ ਅੰਦਰਲੇ ਕੋਣ ਇਹਨਾਂ ਦੇ ਜੋੜ ਦੇ ਬਰਾਬਰ ਹੁੰਦਾ ਬੱਚਿਓ ਇਹ ਜਿਹੜਾ ਕਥਨ ਹੈ ਨਾ ਲਾਈਨ ਇਹ ਪੰਕਤੀ ਇਹਨੂੰ ਭਾਵੇਂ 8 ਵਾਰ 10 ਵਾਰ ਬੋਲ-ਬੋਲ ਕੇ ਇਹਨੂੰ ਕੰਟ ਕਰ ਲਓ ਇਹ ਸਿਧਾਂਤ ਬੜਾ ਜ਼ਰੂਰੀ ਹੈ ਠੀਕ ਹੈ ਅੰਨੇਛਾ ਤੁਹਾਡੇ ਕੇ ਕੰਮ ਆਂਦਾ ਰਹੇਗਾ 8ਵੀਂ 9ਵੀਂ 10ਵੀਂ ਚ ਵੀ ਠੀਕ ਹੈ ਸੋ ਬਾਹਰਲਾ ਕੋਣ ਇਹਦਾ ਮਤਲਬ ਕੀ ਹੋਇਆ ਕਹਿੰਦੇ ਜੀ ਇਹ ਇਹ ਜੋੜ ਦੇ ਬਰਾਬਰ ਹੈ ਇਸ ਲਈ ਇਹਦਾ ਮਤਲਬ ਇਸ ਲਈ ਬਾਹਰਲਾ ਕੋਣ x 40 100 40 100 ਦੇ ਨਾਲ 140 ਭਾਗ x 140 ਆ ਗਿਆ ਅਨਸਰ ਪੂਰੇ ਬਟਾ ਪੂਰੇ ਨੰਬਰ ਆ ਗਏ ਅੱਗੇ ਚਲੀਏ ਭਾਗ ਦੂਜਾ ਇਹ ਵੀ ਇਦਾਂ ਹੀ ਹੈ ਬੱਚਿਓ ਹੁਣ ਬਸ ਇਹ ਇੱਥੇ ਉੱਪਰ ਨੂੰ ਕਰ ਦਿੱਤਾ ਹੈ ਇੱਧਰ ਨੂੰ ਕਰਤਾ ਹੈ ਸੱਜੇ ਕਰ ਦੋ ਖੱਬੇ ਕਰ ਦੋ ਥੱਲੇ ਕਰ ਦੋ ਕੋ ਆ ਫਿਰ ਆ ਕੇ ਪਰ ਹੈਗਾ ਇਹ ਬਾਰੀ ਕੋਣ ਬਾਰੀ ਕੋਣ ਕਦੋਂ ਬੰਦਾ ਜਦੋਂ ਕਿਸੇ ਵੀ ਤ੍ਰਿਪੁਜ ਦੀ ਭੁਜਾ ਨੂੰ ਵਧਾਇਆ ਜਾਂਦਾ ਹੈ ਤਾਂ ਬਾਰੀ ਕੋਣ ਬਣਦਾ ਹੈ ਇਹ ਸਾਰੀ ਗੱਲਾਂ ਬੱਚਿਓ ਤੁਸੀਂ ਪਰਿਭਾਸ਼ਾਵਾਂ ਅਤੇ ਸਿਧਾਂਤਾਂ ਨੂੰ ਨਹੀਂ ਦੇਖਦੇ ਨਾ ਨੋਟ ਕੀਤਾ ਤੁਸੀਂ ਸਿੱਧਾ ਐਕਸਰਸਾਈਜ਼ ਨੂੰ ਬਿੰਦੇ ਹੋ ਉਹਦੇ ਨਾਲ ਬੱਚਿਓ ਜੇ ਪਰਿਭਾਸ਼ਾਵਾਂ ਅਤੇ ਸਿਧਾਂਤ ਤੁਸੀਂ ਦੇਖ ਕੇ ਸਮਝ ਲਓਗੇ ਨਾ ਤੇ ਸ਼ਾਇਦ ਤੁਹਾਨੂੰ ਫਿਰ ਅਭਿਆਸ ਵਾਲੀ ਵੀਡੀਓ ਦੇਖਣ ਦੀ ਲੋੜ ਹੀ ਨਹੀਂ ਪੈਗੀ ਤੁਸੀਂ ਇਹ ਸਵਾਲ ਆਪਣੇ ਆਪ ਕਰਨ ਜੋਗੇ ਹੋ ਜਾਓਗੇ ਠੀਕ ਹੈ ਸੋ ਅਸੀਂ ਜਾਣਦੇ ਹਾਂ ਉਹੀ ਗੱਲ ਪੂਰੀ ਲਿਖ ਦੇਣੀ ਹੈ ਪਹਿਲੇ ਸ਼ੁਰੂ-ਸ਼ੁਰੂ ਲਿਖਣੀ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਪੂਜ ਵਿੱਚ ਬਾਹਰਲਾ ਕੋਣ ਉਸ ਦੇ ਸਨੁਮੁਖੰਦਰ ਕੋਣ ਇਹ ਲਿਖ ਦਿੱਤਾ ਫਿਰ ਇਹਨਾਂ ਲਈ ਹੋਇਆ x 20 ਜਮਾਤੀ ਬਾਹਰਲਾ ਕੋਣ x 20 ਜਮਾਤੀ ਅਨਸਰ ਆ ਗਿਆ x ਜਮਾ 20 ਜਮਾਤੀ ਪਜਾਉਂਦਾ ਤੇ ਹੋ ਗਿਆ ਅੱਗੇ ਚਲੀਏ ਹੁਣ ਇਦਾਂ ਕਰ ਦਿੱਤਾ ਇਹ ਭੁਜਾ ਵਿਧਾਈ ਤੇ ਇਹ ਬਾਹਰਲਾ ਕੋਣ ਬਣ ਗਿਆ ਇਹ ਸਨੁਮੁਖੰਦਰਲੇ ਕੋਣ ਹੋ ਗਏ ਸੋ ਇਦਾਂ ਲਿਖ ਦਿੱਤਾ ਤੇ ਬਾਹਰਲਾ ਕੋਣ x 60 ਜਮਾ 60 ਤੇ x 120 ਆ ਗਿਆ ਅਨਸਰ ਕਿੰਨਾ ਸੌਖਾ ਬਚਿਓ ਜਵਾਨੀ ਹੋ ਜਾਂਦਾ ਤੇ ਚੌਥਾ ਪਾ ਕਰੀਏ ਹੁਣ ਇੱਥੇ ਇਹ ਕੋਣ ਦਿੱਤਾ ਹੈ ਇਹ ਨਹੀਂ ਦਿੱਤਾ ਪਰ ਇੱਥੇ ਨਿਸ਼ਾਨ ਲਾਤਾ ਹੈ ਤੇ ਬੱਚੇ ਹੁਣੇ ਪਹਿਲੇ ਸਵਾਲ ਤੇ ਅਸੀਂ ਕੀਤਾ ਨਾ ਕਿ ਜਿਹੜਾ ਪੁੱਠਾ ਇਦਾਂ ਹੈਗਾ ਪੁੱਠਾ ਇਹ ਲੈ ਵੜਾ ਇਹ ਕਿਹਦਾ ਪ੍ਰਤੀਕ ਹੈ ਇਹਦਾ ਉਹ 90 ਡਿਗਰੀ ਇਹ ਕੋਣ ਸੋ ਜਦੋਂ ਇਦਾਂ ਬਣਾਇਆ ਹੋਵੇ ਨਾ ਡੱਬਾ ਇਹ ਵੜਾ ਇਹਦਾ ਮਤਲਬ ਹੁੰਦਾ ਹੈ 90 ਡਿਗਰੀ ਕੋਣ ਬਣਾ ਰਿਹਾ ਸੋ ਇਸੇ ਇੱਥੇ ਇਹ ਪੂਰੀ ਗੱਲ ਲਿਖ ਦੇਣੀ ਇਦਾਂ ਤੇ ਫਿਰ ਬਾਹਰਲਾ ਕੋਣ x 30 ਜਮਨ 90 30 ਜਮਨ 90 ਸੋ 30 ਜਮਨ 90 ਇੱਕ ਸਭੀ ਹੁੰਦਾ x ਦਾ ਮੁੱਲ ਆ ਗਿਆ 120 ਲਓ ਜੀ ਪੂਰੇ ਬਟਾ ਪੂਰੇ ਨੰਬਰ ਆਵੇ ਚੌਥਾਸਵਾਲ ਕੀ ਹੋਵੇ ਉਹੀ ਸਿਧਾਂਤ ਹੈ ਪਰ ਸਵਾਲ ਨੂੰ ਥੋੜਾ ਵਖਰਾ ਕਰ ਦਿੱਤਾ ਹੈ ਠੀਕ ਹੈ ਹੁਣ ਐਸੇ ਬਾਹਰਲੇ ਕੋਣ ਤੋਂ ਢਾਕੇ ਐਸੇ ਇਹਨਾਂ ਨੇ ਅੰਦਰਲੇ ਕੋਣ ਚ ਪਾ ਦਿੱਤਾ ਹੈ ਠੀਕ ਹੈ ਪਰ ਸਵਾਲ ਬਿਲਕੁਲ ਉਦਾਂ ਹੀ ਕਰਨਾ ਹੈ ਸਿਧਾਂਤ ਇਹਦੇ ਲਿਖ ਦੇਣਾ ਹੈ ਇਹ ਜਿਹੜਾ ਸੈਂਟੈਂਸ ਇਹਨਾਂ ਵਿੱਚ ਹੈ ਵਾਕ ਜਿਹੜਾ ਇਹਨੂੰ ਲੱਟਾ ਲਾ ਲਓ ਤੁਸੀਂ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਵਿੱਚ ਬਾਹਰਲਾ ਕੋਣ ਉਸਦੇ ਸੰਮੁਖ ਅੰਦਰਲੇ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਬਸ ਇੰਨੀ ਗੱਲ ਲਿਖਣੀ ਹੈ ਤਾਂ ਬੱਚਿਓ ਤੁਹਾਡੇ ਅੱਦੇ ਨੰਬਰ ਤੇ ਇਸ ਲਾਈਨ ਦੇ ਆ ਜਾਣੇ ਨੇ ਤੇ ਬਾਕੀ ਫਿਰ ਤੁਸੀਂ ਇਹ ਲੈ ਕਰੋਗੇ ਤੇ ਇਹ ਸਵਾਲ ਆ ਗਿਆ ਦੇਖੋ 40 x 40 x 120 120 ਹੁਣ ਇਹ ਸਰਲ ਸਮੀਕਰਨ ਬਣ ਗਿਆ x ਇੱਥੇ ਰੱਖਣਾ 40 ਨੂੰ ਸੱਜੇ ਪਾਸੇ ਲੈ ਗਏ ਤੇ ਸੱਜੇ ਜਾ ਕੇ ਘਟਾਓ ਹੋ ਜਾਏਗਾ ਮਾਈਨਸ ਹੋ ਜਾਏਗਾ ਸੋ 120 40 ਗਿਆ 80 ਸੋ ਭਾਵ x 80 ਆਨਸਰ ਆ ਗਿਆ ਅੱਗੇ ਚਲੀਏ ਪਾਗ ਦੂਜਾ ਹੁਣ ਦੇਖੋ ਬੱਚਿਓ ਇੱਥੇ ਫੇਰ ਉਹੀ ਨਿਸ਼ਾਨ ਹੈ ਇਹਦਾ ਮਤਲਬ ਕੀ ਹੈ 90 ਡਿਗਰੀ ਦਾ ਕੋਣ ਹੈ ਸੋ ਇਦਾਂ ਪੂਰਾ ਲਿਖ ਕੇ 90 x ਐ 90 x 130 90 ਚੱਕ ਕੇ ਸੱਜੇ ਪਾਸੇ ਲੈ ਗਏ ਉੱਥੇ ਜਾ ਕੇ ਐ ਮਾਈਨਸ ਹੋ ਜਾਏਗਾ ਰਿਨਾਤਮਕ ਹੋ ਜਾਏਗਾ ਸੋ 130 ਚੋਂ 90 ਗਿਆ 40 x 40 ਠੀਕ ਹੈ ਅੱਗੇ ਚਲੀਏ ਭਾਗਤੀਜ ਆ ਗਿਆ ਹੁਣ ਇੱਥੇ ਥੱਲੇ ਕਰ ਦਿੱਤਾ ਇਹਨਾਂ ਨੂੰ ਇਹ ਭੂਜਾ ਵਧਾ ਦਿੱਤੀ ਹੈ ਬਾਹਰੀ ਕੋਣ ਬਣ ਗਿਆ ਪਰ ਸਵਾਲ ਬਿਲਕੁਲ ਉਦਾਂ ਹੀ ਹੈ ਬੱਚਿਓ ਇਹ ਗੱਲ ਇਹਦਾ ਲਿਖ ਕੇ 80 x 80 x 130 80 ਚੱਕ ਕੇ ਸੱਜੇ ਪਾਸੇ ਲੈ ਗਏ ਤੇ ਫਿਰ ਆਪਣਾ ਕੀ ਹੋ ਜਾਏਗਾ ਬੱਚਿਓ ਐ So, ga, 180, uh, so, barabar, jama, -80 ਹੋ ਜਾਏਗਾ ਸੋ 130 ਚ 80 ਦਾ 50 ਹੁੰਦਾ ਠੀਕ ਹੈ ਨਾ 180 ਚ 130 ਚ 80 ਗਿਆ ਤੇ 50 ਹੁੰਦਾ ਸੋ ਭਾਅ x ਬਰਾਬਰ 50 ਹੁਤੇ ਚੈੱਕ ਵੀ ਕਰ ਲੋ 50 ਜਮਾ 80 130 ਹੁੰਦਾ ਸੋ ਦੋਨੋਂ ਪਾਸੇ ਅਸੀਂ ਚੈੱਕ ਵੀ ਕਰ ਸਕਦੇ ਆ ਅੱਗੇ ਚਲੀਏ ਚੌਥਾ ਹੁਣ ਦੇਖੋ ਇਹਨਾਂ ਟੇਡਾ ਇਹਦਾ ਕਰ ਦਿੱਤਾ ਹੈ ਇਹ ਬਾਹਰਲਾ ਕੋਣ ਕਾਫੀ ਵੱਡਾ ਕਰ ਦਿੱਤਾ ਹੈ ਇਹ ਘੈ ਅਧਿਕ ਕੋਣ ਕਰ ਦਿੱਤਾ ਇਹ ਛੋਟਾ ਦੇ ਕਰ ਦਿੱਤਾ ਪਰ ਕੋਈ ਫਰਕ ਨਹੀਂ ਪੈਂਦਾ ਇਹ ਬਾਹਰੀ ਕੋਣ ਹੈ ਇਹ ਅੰਦਰੂਨੀ ਲਾਗਵਾ ਕੋਣ ਹੈ ਤੇ ਇਹ ਦੋਨੋਂ ਸੰਮੁਖ ਕੋਣ ਹੈ ਸੋ ਇਦਾਂ ਲਿਖ ਕੇ ਇਹ ਬਣ ਗਿਆ 25 ਜਮਾ x bribar, 25 ਜਮਾ x 155 ਤੇ x ਕਿਹਦੇ 25 ਨੂੰ 6 ਕਿ ਸੱਜੇ ਪਾਸੇ ਲੈ ਗਏ 155 ਚੋਂ 25 ਗਏ ਕਿੰਨਾ ਹੋ ਗਿਆ 130 ਭਾਵ x 130 ਐਸਾ ਡਾ ਆ ਗਿਆ ਆਨਸਰ ਕਿੰਨਾ ਸੌਖਾ ਹੈ ਬੱਚਿਓ ਕਿੰਨਾ ਸੌਖਾ ਹੈ ਹਨਾ ਸੋ ਅੱਗੇ ਚਲੀਏ ਹੁਣ ਆ ਗਿਆ ਪੰਜਵਾਂ ਸਵਾਲ ਠੀਕ ਹੈ ਪੰਜਵਾਂ ਸਵਾਲ ਕਹਿੰਦੇ ਇਹ ਦਿੱਤੇ ਚਿੱਤਰਾਂ ਵਿੱਚ y ਦਾ ਮੁੱਲ ਪਤਾ ਕਰੋ ਫਰਕ ਕੋਈ ਨਹੀਂ ਪੁੱਛਦਾ ਉੱਥੇ x ਸੀਗਾ ਇੱਥੇ y ਕਰ ਦਿੱਤਾ ਇਹ ਹੁਣੇ ਤੇ ਦੋ ਦੋ ਵਾਈ ਕਰਦੇ ਦੇਖੋ ਹੁਣ ਇੱਕੋ ਕੋਣ ਦਿੱਤਾ ਹੈ ਪਰ ਬੱਚਿਓ ਕੋ ਭਰਾਨਾ ਨਹੀਂ ਸਵਾਲ ਦਾ ਸਿਧਾਂਤ ਉਹੀ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਦੇ ਬਾਹਰਲਾ ਕੋਣ ਉਸਦੇ ਸਨਮੁਖ ਅੰਦਰਲੇ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਬੱਚਿਓ ਜਦੋਂ ਵੀ ਇਦਾਂ ਪੂਜਾ ਵਧੀ ਹੋਵੇ ਨਾ ਤੇ ਤੁਹਾਡੇ ਦਿਮਾਗ ਘੰਟੀ ਵੱਜਣੀ ਚਾਹੀਦੀ ਬਾਹਰਲੇ ਕੋਣ ਦੀ ਬਸ ਇਹ ਧਿਆਨ ਰੱਖਣਾ ਠੀਕ ਹੈ ਸੋ y y ਇਹ ਦੋਨੇ ਨਾ y y ਇਹ ਸਨਮੁਖ ਅੰਦਰਲੇ ਕੋਣ ਨੇ ਬਰਾਬਰ 140 ਸੋ y y ਕਿੰਨਾ ਨੇ 2y ਸੋ 2y ਇਧਰ ਆ ਗਿਆ ਹੁਣ ਦੋਨੋਂ ਚੱਕੇ ਥੱਲੇ ਲਿਆਵਾਂਗੇ 140 ਵਟਾ 2 ਆ ਜਾਏਗਾ ਸੋ 2 1 2 2 7 14 2 0 0 ਸੋ 70 ਡਿਗਰੀ ਪਾਵ y 70 ਆਨਸਰ ਆ ਗਿਆ ਕਿੰਨਾ ਸੌਖਾ ਅੱਗੇ ਚਲੀਏ ਫੇਰ ਦੇਖੀਏ ਕਹਿੰਦੇ ਇਹ y ਇਹ ਤੇ ਬੱਚਿਓ ਇਹ ਕਿੰਨਾ 90 ਇਹ ਯਾਦ ਰੱਖਣਾ ਇਹਦਾ ਹੁੰਦਾ 90 ਜੇ ਕੁਝ ਨਹੀਂ ਲਿਖਿਆ ਹੈ 90 ਹੈਗਾ ਜਿੱਦਾਂ ਡੱਬਾ ਬਣਿਆ ਤੇ ਠੀਕ ਹੈ ਹੁਣ ਵੈਦਾਂ ਦੇਖ ਲਓ ਇਹ ਲਿਖ ਕੇ ਉੱਪਰ y ਜਮਾ 90 160 y ਜਮਾ 90 160 ਸੋ y ਬਰਾਬਰ ਕਿੰਨਾ ਹੋ ਗਿਆ 90 ਨੂੰ ਚੱਕ ਕੇ ਇੱਥੇ ਲੈ ਗਏ 160 ਕਟਾ 90 ਸੋ 160 ਚੋਂ 90 ਦਾ 70 ਭਾਗ y ਬਰਾਬਰ 70 ਇਹ ਆ ਗਿਆ ਸਾਡਾ ਜਵਾਬ ਅੱਗੇ ਚੱਲੀਏ ਆਨਸਰ ਅਚਾਨਣ ਭਾਗਤੀ ਜਾ ਆ ਗਿਆ ਸੋ ਆ ਵੀ ਬੜਾ ਸੌਖਾ ਬੱਚਿਓ ਇੱਥੇ ਤਿੰਨ ਪਾਸ ਆਖਰੀ ਹੈਗਾ ਮੇਰੇ ਖਿਆਲ ਨਾਲ ਸੋ ਇਦਾਂ ਲਿਖ ਦੇਣਾ ਸਿਧਾਂਤ ਅਸੀਂ ਜਾਣਦੇ ਆ ਕਿ ਲਿਖ ਕੇ ਫਿਰ ਦੇਖੋ ਇਹ ਹੈਗਾ 80 ਇਹ ਹੈਗਾ y ਤੇ 5y ਹੁਣ ਦੇਖੋ ਇੱਕ y ਇੱਥੇ ਕਰ ਦਿੱਤਾ ਇੱਕ y ਇੱਥੇ ਕਰ ਦਿੱਤਾ ਪਰ ਬਿਲਕੁਲ ਨਹੀਂ ਘਬਰਾਣਾ 5y ਕਿਹਦੇ ਬਰਾਬਰ ਹੋਏਗਾ ਬੱਚੇ 5y ਕਿਹਦੇ ਬਰਾਬਰ ਹੋਏਗਾ y 80 ਦੇ ਬਰਾਬਰ ਇਹ ਬਾਹਰੀ ਕੋਣ ਜਿਹੜਾ ਹੈ ਸਨਮੁਖ ਅੰਦਰਲੇ ਕੋਣਾਂ ਦੇ ਜੋੜ ਦੇ ਬਰਾਬਰ ਹੋਏਗਾ ਸੋ 5y 5y 80 ਸੋ y ਨੂੰ ਖੱਬੇ ਲੈ ਜਾਂਦਾ ਕਿਉਂਕਿ xy ਜਿਹੜੇ ਹੁੰਦੇ ਨੇ ਇੱਕ ਪਾਸੇ ਕਰਨੇ ਨੇ ਸੋ y ਨੂੰ ਸੱਜੇ ਤੋਂ ਖੱਬੇ ਲੈ ਜਾਂਦਾ ਤੇ ਘਟਾ ਹੋ ਜਾਏਗਾ ਘਟਾ ਲੱਗ ਗਿਆ ਸੋ 5 ਚੋਂ 1 ਗਿਆ 4 ਸੋ 4y 4y 80 ਹੁਣ y ਨੂੰ ਜੁਦਾ ਕਰਨਾ ਹੈ 4 ਨੂੰ ਹਟਾਉਣਾ ਹੈ 4 ਇੱਥੇ ਗੁਣਾ ਕਰ ਰਿਹਾ ਹੈ ਸੱਜੇ ਪਾਸੇ ਜਗੇ ਭਾਗ ਕਰ ਦੇਗਾ ਸੋ y 80 4 ਸੋ ਜੇ ਚਾਰ ਨਾਲ ਭਾਗ ਕਰਾਂਗੇ 4 2 8 400 ਸੋ ਇਹ ਹੋ ਗਿਆ 80 4 20 ਭਾਗ y 20 ਡਿਗਰੀ ਇਹ ਸਾਡਾ ਹੋ ਗਿਆ ਆਪਣਾ ਜਵਾਬ ਆ ਗਿਆ ਸੋ ਬੱਚਿਓ ਇਹਦੇ ਵਿੱਚ ਸੀ ਪਹਿਲਾ ਕੀਤਾ ਖਾਲੀ ਥਾਂ ਭਰਨ ਵਾਲਾ ਜੇ ਸਾਡੇ ਕੋਲ ਸਿਧਾਂਤਾਂ ਦੀ ਸਪਸ਼ਟਤਾ ਹੋਈ ਹੈ ਫਿਰ ਅਸੀਂ ਕੀਤਾ ਸਵਾਲ ਤੀਜਾ ਚੌਥਾ ਤੇ ਪੰਜਵਾਂ ਇਹ ਸਾਰੇ ਸਵਾਲ ਬਾਰੀ ਕੋਣ ਦੇ ਅੰਦਰੂਨੀ ਸੰਮੁਖ ਕੋਣ ਦੇ ਜੋੜ ਦੇ ਬਰਾਬਰ ਹੋਣ ਦੇ ਸਿਧਾਂਤ ਦਾ ਪ੍ਰੈਕਟੀਕਲ ਅਭਿਆਸ ਸਿਵਾ ਇਹ ਬੜਾ ਹੀ ਮਹੱਤਵਪੂਰਨ ਸਿਧਾਂਤ ਹੈ ਕਿ ਬੱਚਿਓ ਜਿਵੇਂ ਤੁਹਾਨੂੰ ਦੱਸਿਆ ਕਿ ਅਗਲੀ ਕਲਾਸਾਂ ਵਿੱਚ ਵੀ ਇਹਨੂੰ ਰੱਜ ਕੇ ਵਰਤਿਆ ਜਾਏਗਾ ਸੋ ਇਹ ਸਵਾਲਾਂ ਰਾਹੀਂ ਸਾਨੂੰ ਇਹਦਾ ਚੰਗਾ ਮਨ ਲਗੀ ਪਰਮਾ ਜਿਹੜਾ ਹੈ ਅਭਿਆਸ ਹੋ ਗਿਆ ਇਹ ਸਾਰੇ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰ ਲੈਣਾ ਸੋ ਪਿਆਰੇ ਵਿਦਿਆਰਥੀ ਉਸੇ ਤਰ੍ਹਾਂ ਨਿਯਮ ਨਾਲ ਉਚਾਰਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਕੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਵ ਰੱਖਾ